हम सर दीना दयाल न तुम सर अब पतिहार के की जय मचनी तोर मोर मन माने जन को पूर्ण दीजय बल बल जोर मैया कारने कारण कवन अमोल बहुत जन्म बिसरे ते माधो जन्म तुम्हारे लेके कई जन्म पै कीट पतंगा कई जन्म गज मीन करूंगा कई जन्म पंखी सर्प होयो कई जन्म है बैर वृख जोयो बहुत जन्म बिसरे ते माधो जन्म तुम्हारे लेके करो दास आस लग जीवो चिर पैव दर्शन देखे लेके विच लालो जी जन्म तुम्हारे लेके विच लालो जी जन्म तुम्हारे लेके इस तरह एक धरती दे विच पानी है थले धरती दे वो पानी दे विच अगन है जिहड़ी सारे समुद्र नूं काबू रखदी है नहीं समुद्र उबल जाण बाहर निकल जाण वो बाहर नहीं निकलण जोकरा छड़दी उहदे पाणी नूं जज़्ब करदी है जण दी फूकदी है या वधदा पाणी उहनूं फूकदी है जे पाणी घटदा है तां उहनूं उबाला दे के वधाउंदी है जण दी जिहड़ी पाणी दे विच अग है ਉਹ ਪਾਣੀ ਤੇ ਕੰਟਰੋਲ ਰੱਖਦੀ ਹੈ ਉਹਨੂੰ ਸਮੁੰਦਰ ਨੂੰ ਬਾਹਰ ਨਹੀਂ ਜਾਣ ਦਿੰਦੀ ਨਾ ਹੀ ਉਹਨੂੰ ਕੱਟਣ ਦਿੰਦੀ ਹੈ ਉਹ ਪਾਣੀ ਦੇ ਵਿੱਚ ਅਗਨ ਹੈ ਇੱਕ ਬੱਦਲਾਂ ਦੇ ਵਿੱਚ ਬਿਜਲੀ ਰੂਪੀ ਅਗਨ ਹੈ ਜਦ ਉਹਨਾਂ ਦੋਨਾਂ ਦਾ ਮਿਲਾਪ ਹੁੰਦਾ ਹੈ ਉੱਪਰਲੀ ਬਿਜਲੀ ਦਾ ਅਤੇ ਪਾਣੀ ਵਾਲੀ ਧਰਤੀ ਵਾਲੀ ਬਿਜਲੀ ਦਾ ਜਦ ਇਹਨਾਂ ਦਾ ਆਪਸ ਮੇਂ ਮਿਲਾਪ ਹੁੰਦਾ ਹੈ ਜਿਹੜੀ ਚੀਜ਼ ਵਿਚਾਲੇ ਹੁੰਦੀ ਆ ਉਹਨੂੰ ਫੂਕ ਦਿੰਦੀ ਆ ਉਹ ਕੋਈ ਵੀ ਚੀਜ਼ ਵਿਚਾਲੇ ਆ ਜੇ ਆਪਾਂ ਦੇਖਦੇ ਹਾਂ ਬਿਜਲੀ ਪੈ ਗਈ ਉਹਦੇ 'ਤੇ ਬਿਜਲੀ ਉਨਾ ਚਿਰ ਨਹੀਂ ਉਹ ਬਿਜਲੀ ਵਿਚਾਲੀ ਚੀਜ਼ ਨੂੰ ਨਾ ਉੱਪਰਲੀ ਫੂਕੇ ਨਾ ਹੇਠਲੀ ਫੂਕੇ ਜਦ ਉੱਪਰਲੀ ਬਿਜਲੀ ਦੇ ਅਤੇ ਹੇਠਲੀ ਬਿਜਲੀ ਦਾ ਮਿਲਾਪ ਹੁੰਦਾ ਉਹ ਲਸਕਦੀ ਹੈ ਉਹ ਗੜਗੜ ਪੈਂਦੀ ਹੈ ਜਿਹੜੀ ਚੀਜ਼ ਵਿਚਾਲੇ ਹੁੰਦੀ ਆ ਉਹਨੂੰ ਫੂਕ ਦਿੰਦੀ ਹੈ ਹੇਠਲੀ ਬਿਜਲੀ ਉੱਪਰਲੀ ਦਾ ਮਿਲਾਪ ਹੁੰਦਾ ਦੋਨਾਂ ਦਾ ਇਸ ਤਰ੍ਹਾਂ ਸਾਡੇ ਅੰਦਰ ਇੱਕ ਉਹ ਵਾਹਿਗੁਰੂ ਦੀ ਸ਼ਕਤੀ ਹੈ ਜਿਹਨੂੰ ਆਤਮਾ ਕਹਿੰਦੇ ਨੇ ਉਹ ਪਰਮੇਸ਼ਰ ਦੀ ਪਵਿੱਤਰ ਜਾਲ ਪਰਮ ਜਾਲ ਜਦ ਸਾਡੇ ਕੰਨਾਂ ਦੇ ਰਾਹੀਂ ਹਿਰਦੇ 'ਚ ਜਾਂਦੀ ਹੈ ਉਹਦੇ ਨਾਲ ਉਹਦਾ ਉਹ ਬਿਜਲੀ ਵਾਂਗੂ ਮਿਲਾਪ ਹੁੰਦਾ ਹੈ ਜਦ ਉਹਦਾ ਮਿਲਾਪ ਹੋ ਜਾਂਦਾ ਸਾਡੇ ਮਾੜੇ ਕਰਮ ਕੱਟੇ ਜਾਂਦੇ ਨੇ ਤੁਧ ਡਿੱਠੇ ਸੱਚੇ ਪਾਤਸ਼ਾਹ ਮੈਲ ਜਨਮ ਜਨਮ ਦੀ ਕੱਟੀ ਹੈ ਕਿਤਨਾ ਲਾਭ ਹੈ ਸਤਸੰਗੀ ਨੂੰ ਪਰ ਇਹ ਸਮਝ ਲੈਣਾ ਚਾਹੀਦਾ ਵੀ ਮਿਲਾਪ ਉਦੋਂ ਹੁੰਦਾ ਜਦ ਸਾਡਾ ਖਿਆਲ ਟਿਕਿਆ ਹੋਵੇ ਟਿਕੇ ਖਿਆਲ ਦੇ ਨਾਲ ਜਦ ਸਾਡੇ ਕੰਨਾਂ ਦੇ ਰਾਹੀਂ ਉਹ ਵਿਚਾਰ ਦਾ ਸਾਡੇ ਹਿਰਦੇ 'ਤੇ ਅਸਰ ਹੋਏਗਾ ਜਾਣ ਉਹ ਅੰਦਰਲਾ ਅਤੇ ਉਹ ਬਾਹਰਲਾ ਪਰਮੇਸ਼ਰ ਦੇ ਜਸ ਦਾ ਮਿਲਾਪ ਹੋ ਗਿਆ ਸਾਡੀ ਕਿਤਨੀ ਮਦਦ ਹੋ ਗਈ ਕਿਤਨਾ ਸਾਡਾ ਫਾਇਦਾ ਹੋ ਗਿਆ ਜਨਮ ਜਨਮਾਂ ਦੀ ਪਾਪਾ ਰੂਪੀ ਮੈਲ ਉਹ ਸਾਰੀ ਹੀ ਖਤਮ ਹੋ ਜਾਂਦੀ ਹੈ ਮੈਲ ਜਨਮ ਜਨਮ ਵਾਲੀ ਕੱਟੀਐ ਤੇਰੇ ਸੱਚਿਆ ਸੱਚੇ ਪਾਤਸ਼ਾਹ ਮੈਲ ਜਨਮ ਜਨਮ ਵਾਲੀ ਕੱਟੀਐ ਤੇਰੇ ਸੱਚਿਆ ਸੱਚੇ ਪਾਤਸ਼ਾਹ ਇਸ ਗੁਰਬਾਣੀ ਦੀ ਵਿਚਾਰ ਨੂੰ ਸਮਝ ਕੇ ਜਿਵੇਂ ਕੋਈ ਚੰਗਾ ਵਪਾਰੀ ਆਪਦੇ ਨਫੇ ਨੂੰ ਸਮਝ ਕੇ ਨਫਾ ਕਰਦਾ ਹੈ ਸੌਦਾ ਕਰਦਾ ਹੈ ਇਸ ਤਰ੍ਹਾਂ ਹੀ ਸਤਸੰਗੀ ਵਪਾਰੀ ਹੈ ਇਤਨਾ ਲਾਹਾ ਕੱਟਣ ਵਾਸਤੇ ਆਇਆ ਇਹਨੂੰ ਇਹ ਸਮਝਾਉਣੀ ਚਾਹੀਦੀ ਮੈਂ ਵੱਧ ਤੋਂ ਵੱਧ ਲਾਹਾ ਕੱਟਾਂ ਵੱਧ ਤੋਂ ਵੱਧ ਕਿਵੇਂ ਲਾਹਾ ਕੱਟਿਆ ਜਾਏਗਾ ਵੱਧ ਤੋਂ ਵੱਧ ਪੁੰਨ ਕਿਵੇਂ ਵਧਣਗੇ ਵੱਧ ਤੋਂ ਵੱਧ ਪਾਪਾਂ ਤੋਂ ਬਰੀ ਕਿਵੇਂ ਹੋਵੇਗਾ ਖਿਆਲ ਨੂੰ ਰੋਕ ਕੇ ਹੋਵੇਗਾ ਜਦ ਖਿਆਲ ਰੁਕ ਗਿਆ ਆਪ ਹੀ ਅੰਦਰ ਛਾਤੀ ਮਾਰੇ ਸਤਸੰਗੀ ਵੀ ਮੇਰੇ ਪਾਪ ਲਹਿੰਦੇ ਨੇ ਕਿ ਨਹੀਂ ਜਿਵੇਂ ਕੋਈ ਚੀਜ਼ ਪੈਂਦੀ ਹੈ ਚੀਜ਼ ਕੱਟਣ ਲੱਗ ਜਾਵੇ ਸਮਝੋ ਵੀ ਮੈਨੂੰ ਦਵਾਈ ਲੱਗ ਗਈ ਮੰਦੇ ਫੁੱਲ ਨੇ
ਕੱਟਣ ਲੱਗ ਜਾਣ, ਸਤਸੰਗੀ ਨੂੰ ਸ਼ਾਂਤੀ ਆਉਣ ਲੱਗ ਜਾਏ, ਸਮਝੋ ਵੀ ਮੈਨੂੰ ਫਲ ਮਿਲ ਰਿਹਾ ਹੈ। ਇਹ ਵਿਸ਼ਵਾਸ ਦੇ ਨਾਲ ਦਰਸ਼ਨਾਂ ਦਾ ਫਲ। ਭਗਤ ਕਬੀਰ ਜੀ ਕਾਸ਼ੀ 'ਚ ਨਿਵਾਸ ਰੱਖਦੇ ਨੇ, ਤੜਫਣਾ ਲੱਗੀ ਪਈ ਹੈ ਵੀ ਕਿਸੇ ਸਤਪੁਰਸ਼ ਦੇ ਚਰਨਾਂ 'ਤੇ ਡਿੱਗਾਂ, ਜਨਮ ਸਫਲਾ ਹੋ ਜਾਵੇ ਤਾਂ ਠੀਕ ਹੈ। ਫਿਕਰ ਪੈ ਗਿਆ, ਜਨਮ ਮਰਨ ਦਾ ਬੜਾ ਦੁੱਖ ਹੈ, ਸਰੀਰ ਦੇ ਨਾਲ ਕਿਤਨਾ ਉਮਰ ਕੱਟਣੀ ਹੈ, ਇਹਦੇ ਨਾਲ ਬੜੇ ਦੁੱਖ ਆਉਂਦੇ ਨੇ, ਬੜੇ ਕਸ਼ਟ ਆਉਂਦੇ ਨੇਗੇ, ਮਨ 'ਤੇ ਆਉਂਦੇ ਨੇ, ਸਰੀਰ 'ਤੇ ਆਉਂਦੇ ਨੇ, ਇਹ ਬੜੇ ਔਖੇ ਨੇਗੇ ਸਹਿਣੇ। ਭਾਵੇਂ ਆਮ ਇਹਦੇ ਵਿੱਚ ਹੀ ਬੰਦਾ ਪਰਚਿਆ ਰਹਿੰਦਾ, ਕਦੇ ਦੁੱਖਾਂ 'ਚ ਕਦੇ ਸੁੱਖਾਂ 'ਚ, ਪਰ ਜੇ ਮਹਿਸੂਸ ਕਰੇ ਜਿਹੜੇ ਦੁੱਖ ਨੇ ਔਰ ਸੁੱਖ ਇੱਕੋ ਮੁਕਾਬਲੇ ਦੇ ਨੇ ਹਨ। ਦੁੱਖ ਪਿਛਲੇ ਜਨਮਾਂ ਦਾ ਫਲ ਹੁੰਦਾ, ਜਿਹੜੇ ਸੁੱਖ ਨੇ ਇਹ ਇੱਥੇ ਹੀ ਦੁੱਖ ਖਰੀਦੀ ਜਾਂਦਾ, ਸੁੱਖਾਂ ਦੇ ਵਿੱਚ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ, ਭੁੱਲ ਕੇ ਇਹਦੇ ਪਾਪ ਵੱਧ ਜਾਂਦੇ ਨੇ। ਵਾਹਿਗੁਰੂ ਨੂੰ ਭੁੱਲ ਜਾਣਾ 100% ਪਾਪ ਹੈ। ਉਹ ਪਰਮੇਸ਼ੁਰ ਦਾ ਨਾਮ ਜਪਣਾ ਬੰਦ ਹੋ ਜਾਣਾ, ਹਟ ਜਾਣਾ, ਚੰਗਾ ਕਰਮ ਕਰਨੋਂ ਹਟ ਜਾਣਾ, ਇਹਨੂੰ 100% ਇਹਦੇ ਪਾਪ ਬਣਦੇ ਨੇ। ਕਿਤਨੇ ਵੀ ਪੁੰਨਾ ਕਰ ਲਏ ਇਹਦੇ ਪਾਪ ਦੇ ਕੱਟੇ ਨਹੀਂ ਜਾਂਦੇ। ਇਹ ਇਸ ਨੂੰ ਸਮਝ ਪਈ ਕਬੀਰ ਨੂੰ ਵੀ ਕੀ ਕੀਤਾ ਜਾਵੇ। ਵਿਰਾਗ ਬੇਅੰਤ ਹੈ, ਵਿਰਾਗ ਦਾ ਤਾਂ ਸਰੂਪ ਹੀ ਬਣੇ ਬੈਠੇ ਨੇ ਭਗਤ, ਪਰ ਅਜੇ ਤੱਕ ਕਿਸੇ ਸਤਪੁਰਸ਼ ਦੇ ਲੜ ਨਹੀਂ ਲੱਗੇ। ਸੋਚਦੇ ਨੇ ਵੀ ਕਿਹਨੂੰ ਗੁਰੂ ਬਣਾਵਾਂ, ਕਿਹਦੇ ਲੜ ਲੱਗਾਂ, ਫਿਰ ਮੈਂ ਸ਼ੂਦਰ ਹਾਂ, ਆਪਣਾ ਜਲਾਹਾ ਹਾਂ, ਮੈਨੂੰ ਕਿਸੇ ਨੇ ਨਾ ਪੰਡਿਤ ਨੇ ਉਪਦੇਸ਼ ਦੇਣਾ ਹੈ, ਨਾ ਖੱਤਰੀ ਸਾਧੂ ਨੇ ਦੇਣਾ ਹੈ, ਕਿਸੇ ਨੇ ਨਾ ਵੈਸ ਨੇ ਦੇਣਾ, ਮੈਂ ਸ਼ੂਦਰ ਹਾਂ। ਸ਼ੂਦਰਾਂ ਨੂੰ ਤਾਂ ਮਨੋ ਸਿਮਰਤੀਆਂ 'ਚ ਹਿੰਦੂ ਮਤ 'ਚ ਲਿਖਿਆ ਹੈ, ਕੋਈ ਅਧਿਕਾਰ ਹੀ ਨਹੀਂ ਨਾਮ ਜਪਣ ਦਾ, ਕੋਈ ਹੱਕ ਹੀ ਨਹੀਂ ਬਣਦਾ ਇਹਨਾਂ ਦਾ ਤਾਂ ਨਾਮ ਜਪਣ ਦਾ। ਚਮਾਰਾਂ, ਝੂੜਿਆਂ, ਤਖਾਣਾ, ਨਾਈਆਂ, ਸਿੰਬਿਆਂ ਔਰ ਘੁਮਾਰਾਂ ਆਦਿ ਵਗੈਰਾ, ਜਲਾਹਿਆਂ ਦਾ ਔਰ ਮਰਾਸੀਆਂ ਦਾ, ਇਹ ਸਾਰੇ ਸ਼ੂਦਰ ਮੰਨੇ ਜਾਂਦੇ ਨੇ। ਇਹਨਾਂ ਦਾ ਕੋਈ ਹੱਕ ਨਹੀਂ, ਇਹਨਾਂ ਦਾ ਹੱਕ ਤਾਂ ਲੋਕਾਂ ਦੀ ਸੇਵਾ ਕਰਨ ਦਾ ਹੈ। ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣਾ, ਬ੍ਰਾਹਮਣਾਂ ਦਾ ਕਰਤੱਵ ਹੈ ਵੇਦ ਪੜ੍ਹਨੇ, ਯੋਗ ਭਗਤੀ ਮਾਰਗ ਦੀਆਂ ਕੁੰਡੀਆਂ ਵਰਤਣੀਆਂ, ਦੱਸਣੀਆਂ ਲੋਕਾਂ ਨੂੰ, ਇਹ ਬ੍ਰਾਹਮਣ ਲੋਕਾਂ ਦਾ ਕਰਤੱਵ ਹੈ। ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣਾ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ, ਪਰਾਕਰਤ। ਖੱਤਰੀ ਲੋਕਾਂ ਦਾ ਸੂਰਮੁਗਤੀ ਹੈ, ਦੇਸ਼ ਦੀ ਰਾਖੀ ਕਰਨੀ, ਰਾਜ ਕਰਨਾ, ਹੋਰ ਖੇਤੀਪੱਤੀ ਕਰਨੀ। ਸ਼ੂਦਰ ਲੋਕਾਂ ਦਾ ਘਰਾਂ 'ਚ ਜਾ ਕੇ ਲੋਕਾਂ ਦੀ ਵਿਗਾੜ ਕਰਨੀ। ਇਹ ਸੀਗਾ ਲਿਖਿਆ ਹੋਇਆ। ਤਾਂ ਇਹ ਮਨੁਸਿਮਰੀਆਂ ਦਾ ਲੇਖ ਤੇ ਗੁਰਬਾਣੀ ਦਾ ਤਾਂ ਲੇਖ ਨਹੀਂ ਹੈ। ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਵੀ ਜਿਹਨੇ ਪ੍ਰਭੂ ਨਾਲ ਪ੍ਰੇਮ ਕੀਤਾ ਉਸੇ ਨੇ ਪ੍ਰਭੂ ਦੇ ਚਰਨ ਪਰਸ਼ ਕੇ ਉਹਦੇ 'ਚ ਮਿਲ ਗਿਆ ਸਦੀਵੀ, ਬਰੀ ਹੋ ਗਿਆ ਜੰਮਣ ਮਰਨ ਤੋਂ। ਤੇ ਨਹੀਂ ਪ੍ਰਭ ਪਾਇਓ ਜਿਨ ਪ੍ਰੇਮ, ਜਿਹਨੇ ਪ੍ਰੇਮ ਉਹ ਪ੍ਰਭੂ ਦੇ ਨਾਲ ਕੀਤਾ, ਸੰਸਾਰ ਦੇ ਪ੍ਰੇਮ ਨੂੰ ਪਿੱਠ ਦਿੱਤੀ, ਉਸੇ ਨੂੰ ਪ੍ਰਭੂ ਨੇ ਪਾ ਲਿਆ। ਉਸੇ ਨਹੀਂ ਪਾ ਲਿਆ ਭਾਵੇਂ ਕੋਈ ਵੀ ਹੈ ਇਸ ਤਰ੍ਹਾਂ। ਪਰ ਇਹਨਾਂ ਲੋਕਾਂ ਦਾ, ਹਿੰਦੂ ਮਤ ਦਾ, ਮਨੋ ਸਿਮਰਤੀਆਂ ਲਿਖੀਆਂ ਨੇ ਮਨੂ ਜੀ ਨੇ, ਮਨੂ ਜੀ ਹੋਏ ਨੇ, ਉਹਨਾਂ ਨੇ ਸਿਮਰਤੀਆਂ ਲਿਖੀਆਂ ਨੇ ਗੀਆਂ, ਛੇ ਸ਼ਾਸਤਰ ਲਿਖੇ ਨੇ, ਖੱਟ ਸ਼ਾਸਤਰ ਜਿਹਨੂੰ ਕਹਿੰਦੇ ਨੇ, ਉਹਨਾਂ 'ਚ ਇਹ ਜੇ ਸਾਰਾ ਕੁਛ ਲਿਖਿਆ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਸ਼ੂਦਰਾਂ ਨੂੰ। ਹੁਣ ਉਹਨੂੰ ਲਗਨ ਲੱਗੀ ਹੈ ਭਗਤ ਕਬੀਰ ਜੀ ਨੂੰ, ਉਹ ਵਾਹਿਗੁਰੂ ਨੇ ਸਭ ਨੂੰ ਸਰੀਰ ਦਿੱਤਾ ਹੈ, ਸਭ ਨੂੰ ਹੀ, ਭਾਵੇਂ ਕੋਈ ਜਲਾ ਸ਼ੂਦਰ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਕੋਈ ਵੀ ਹੈ, ਸਾਰਿਆਂ ਨੂੰ ਉਹ ਪਰਮੇਸ਼ੁਰ ਦਾ ਹੁਕਮ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ। ਉੱਥੇ ਜਾਤ ਦਾ ਸਵਾਲ ਕੋਈ ਨਹੀਂ, ਗਿਆਨ ਤਾਂ ਅੰਤਸਕਰਨ ਨੂੰ ਹੋਣਾ। ਬੱਚੇ ਪੜ੍ਹਦੇ ਨੇ, ਛੋਟੀਆਂ ਜਾਤਾਂ ਦੇ ਵੀ ਪੜ੍ਹਦੇ ਨੇ, ਵੱਡੀਆਂ ਦੇ ਵੀ ਪੜ੍ਹਦੇ, ਜਿਹੜਾ ਮਿਹਨਤ ਕਰਦਾ ਉਹ ਪਾਸ ਹੋ ਜਾਂਦਾ ਹੈ। ਮਾਨਸ ਦੇ ਹੀ ਜਿਹਨੂੰ ਮਿਲ ਗਈ ਉਹਨੂੰ ਸਭ ਨੂੰ ਹੀ ਹੱਕ ਹੈ ਵਾਹਿਗੁਰੂ ਦਾ ਨਾਮ ਜਪ ਕੇ ਪ੍ਰਭੂ ਦੀ ਪ੍ਰਾਪਤੀ ਦਾ।
ਉਸਨੂੰ ਤਦੇ ਬਹੁਤੀ ਖਿੱਚ ਲੱਗੀ ਵੀ ਸੀ ਵੀ ਕੀ ਕੀਤਾ ਜਾਵੇ ਹੁਣ, ਇਸ ਵਿਰਾਗ ਨੂੰ ਕੋਈ ਫਲ ਵੀ ਲੱਗਣਾ ਚਾਹੀਦਾ ਹੈ। ਜਿਹਨੂੰ ਵਿਰਾਗ ਨਹੀਂ ਜਾਗਿਆ, ਸਾਧ ਸੰਗਤ ਜੀ ਫਰੀਦ ਜੀ ਕਹਿੰਦੇ ਫਰੀਦਾ ਬਿਰਹੋਂ ਬਿਰਹੋਂ ਆਖੀ ਹੈ। ਫਰੀਦ ਕਹਿੰਦੇ ਸੁਣਦੇ ਰਹੇ ਆ ਵੀ ਫਲਾਨੇ ਨੂੰ ਪ੍ਰੇਮ ਜਾਗ ਪਿਆ, ਫਲਾਨੇ ਨੂੰ ਬਿਰਹੋਂ ਲੱਗ ਗਈ। ਐ ਨਹੀਂ ਵੀ ਚਾਰ ਦਿਨ ਦੀ ਬਿਰਹੋਂ ਲੱਗ ਗਈ ਕਿਸੇ ਨੂੰ, ਦੋ ਚਾਰ ਮਹੀਨਿਆਂ ਦੀ ਲੱਗ ਗਈ, ਜਿਹਨਾਂ ਨੂੰ ਸਾਰੀ ਉਮਰ ਦੀ ਲੱਗ ਗਈ ਉਹਨਾਂ ਦੇ ਕਾਰਜ ਸਿੱਧ ਹੁੰਦੇ ਨੇ। ਬਿਰਹੋਂ ਲੱਗਦੀ ਹੈ, ਵਿਰਾਗ ਕਹਿੰਦੇ ਨੇ, ਪ੍ਰੇਮ ਨੂੰ ਕਹਿੰਦੇ ਨੇ, ਪ੍ਰਭੂ ਦੀ ਭਗਤੀ ਦਾ ਚਾਅ ਜਾਗ ਗਿਆ ਉਹਨੂੰ ਬਿਰਹੋਂ ਕਹਿੰਦੇ ਨੇ। ਬਿਰਹੋਂ ਕਹਿੰਦੇ ਨੇ ਕਿਸੇ ਖਿੱਚ ਨੂੰ, ਅੰਦਰ ਮਿੱਠੀ ਮਿੱਠੀ ਅੱਗ ਬਲਦੀ ਹੁੰਦੀ ਆ, ਉਹ ਵਿਰਾਗ ਦੀ ਅੱਗ ਕਹਿੰਦੇ ਨੇ ਉਹਨੂੰ, ਬਿਰਹੋਂ ਕਹਿੰਦੇ ਨੇ। ਬਿਰਹੋਂ ਅੱਗ ਦਾ ਨਾਂ ਹੀ ਹੈ। ਫਰੀਦਾ ਬਿਰਹੋਂ ਬਿਰਹੋਂ ਆਖੀ ਹੈ, ਬਿਰਹਾਂ ਤੂੰ ਸੁਲਤਾਨ। ਕਹਿਣ ਲੱਗੇ ਸੁਣਦਾ ਹੁੰਦਾ ਸੀ ਮੈਂ ਵੀ ਫਲਾਨੇ ਨੂੰ ਬਿਰਹੋਂ ਲੱਗ ਗਈ ਵੀ ਉਸਨੇ ਘਰ ਬਾਰ ਛੱਡਤਾ, ਉਹਨੇ ਸਾਰੇ ਸਰੀਰ ਦੇ ਸੁੱਖ ਛੱਡਤੇ, ਸੰਬੰਧੀ ਛੱਡਤੇ, ਉਹਨੂੰ ਕੋਈ ਚੰਗਾ ਨਹੀਂ ਲੱਗਿਆ, ਇੱਕੋ ਇੱਕੋ ਪਰਮੇਸ਼ੁਰ ਚੰਗਾ ਲੱਗਿਆ। ਕਹਿੰਦਾ ਮੈਂ ਸੁਣਦਾ ਸੀ ਵੀ ਇਹੋ ਜਿਹਾ ਕਿਸ ਤਰ੍ਹਾਂ ਦਾ ਹੈ, ਇਹੋ ਜਿਹਾ ਭੂਤ ਬਿਰਹੋਂ ਕਿਹੜਾ ਹੈ ਜਿਹੜਾ ਸਾਰੇ ਸੰਸਾਰ ਨੂੰ ਭੁਲਾ ਦਿੰਦਾ ਹੈ। ਇਹਨਾਂ ਬਿਰਹੋਂ ਦਾ ਰੂਪ ਕਿਹੋ ਜਿਹਾ ਸੋਹਣਾ ਹੈ, ਸਾਰਿਆਂ ਦੇ ਰੂਪ ਮਾਤ ਪਾ ਦਿੰਦਾ ਹੈ। ਇਹੋ ਜਿਹਾ ਬਿਰਹੋਂ ਦਾ ਪਿਆਰ ਕਿਹੜਾ ਹੈ, ਦੁਨੀਆਂ ਦੇ ਪਿਆਰਾਂ ਨੂੰ ਖਤਮ ਕਰ ਦਿੰਦਾ ਹੈ। ਉਹ ਕਿਹੋ ਜਿਹਾ ਬਿਰਹੋਂ ਹੈ, ਉਹਦੀ ਕਿਹੋ ਜਿਹੀ ਸ਼ਕਲ ਹੈ। ਕਹਿੰਦਾ ਮੈਂ ਸੁਣਦਾ ਹੁੰਦਾ ਤੀ ਫਰੀਦ ਜੀ ਕਹਿਣ ਲੱਗੇ, ਜਦ ਕਹਿੰਦੇ ਮੇਰੇ ਹਿਰਦੇ 'ਚ ਬਿਰਹੋਂ ਨੇ ਨਿਵਾਸ ਕਰ ਲਿਆ, ਫਿਰ ਪਤਾ ਲੱਗਿਆ ਵੀ ਇਹ ਰਾਜਾ ਹੈ। ਬਿਰਹੋਂ ਸੁਲਤਾਨ ਹੈ, ਬਾਕੀ ਰਾਜੇ ਦੇ ਅਧੀਨ ਹੁੰਦੀ ਹੈ ਤਮਾਮ ਦੁਨੀਆਂ। ਇਸ ਤਰ੍ਹਾਂ ਜਿਹਦੇ ਹਿਰਦੇ ਦੇ ਵਿੱਚ ਬਿਰਹੋਂ ਆਵੜੀ, ਪ੍ਰਭੂ ਭਗਤੀ ਦਾ ਪਿਆਰ ਆਵੜਿਆ, ਸੰਸਾਰ ਦਾ ਤਿਆਗ ਆਵੜਿਆ, ਕਹਿੰਦੇ ਉਹ ਰਾਜਾ ਹੈ। ਉਹ ਇਹੋ ਜਿਹਾ ਬਿਰਹੋਂ ਰਾਜਾ ਹੈ, ਤਕੜਾ ਬਿਰਹਾਂ ਬਿਰਹਾਂ ਆਖੀ ਹੈ, ਬਿਰਹਾਂ ਤੂੰ ਸੁਲਤਾਨ। ਪਰ ਕਹਿੰਦੇ ਜਿਹੜੇ ਹਿਰਦੇ ਦੇ ਵਿੱਚ ਬਿਰਹੋਂ ਆ ਕੇ ਨਿਵਾਸ ਨਹੀਂ ਨਾ ਕੀਤਾ, ਉਹ ਫਿਰ ਹਿਰਦਾ ਨਾ ਸਮਝੋ। ਬਿਰਹੋਂ ਦੇ ਦਰਸ਼ਨ ਹੋਇਆਂ ਤੋਂ ਪਤਾ ਲੱਗਦਾ, ਅੱਛੀ ਚੀਜ਼ ਅੱਛੇ ਮਹਿੰਗਾ ਫਲ ਖਾਧੇ ਤੋਂ ਪਤਾ ਲੱਗਦਾ ਵੀ ਚਿੱਬੜਾਂ ਦਾ ਕੀ ਸਵਾਦ ਹੈ, ਬੇਰੀ ਦੇ ਬੇਰਾਂ ਦਾ, ਝਾੜੀਆਂ ਦਾ ਕੀ ਸਵਾਦ ਹੈ, ਉਸ ਫਲ ਦਾ ਕੀ ਸਵਾਦ ਹੈ। ਨਹੀਂ ਤਾਂ ਇਹ ਛੋਟੇ ਸਵਾਦਾਂ ਦੇ ਵਿੱਚ ਹੀ ਪਰਚਾ ਰਹਿੰਦਾ। ਇਹ ਰਸਨਾ ਤੂੰ ਅਨਰਸ ਰਸ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਾਂ ਜਿਸ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁਣ ਨ ਤ੍ਰਿਸ਼ਨਾ ਲਾਗੇ ਆਏ, ਕਹਿ ਨਾਨਕ ਹੋਰ ਅਨਰਸਾ ਬਿਸਰੈ ਜਾਂ ਹਰ ਬਸੈ ਮਨ ਆਏ। ਗੁਰੂ ਜੀ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਜਵਾਨ, ਹੇ ਮੇਰੀ ਰਸਨਾ, ਤੂੰ ਬੜੇ ਸਵਾਦ ਲਾਈ ਜਾਂਦੀ ਹੈ, ਮਸਤ ਹੋਈ ਬੈਠੀ ਹੈ, ਵੀ ਆਹ ਸਵਾਦ ਚੰਗਾ, ਆਹ ਸਵਾਦ ਚੰਗਾ। ਜਿਹੜਾ ਅਸਲੀ ਸਵਾਦ ਹੈ, ਅਸਲੀ ਰਸ ਹੈ ਪਰਮੇਸ਼ੁਰ ਦੇ ਨਾਮ ਦਾ, ਉਹ ਤੂੰ ਭੁੱਲੀ ਬੈਠੀ ਹੈ। ਪਰ ਉਨ੍ਹਾਂ ਚਿਰ ਹੀ ਤੂੰ ਭੁੱਲੀ ਬੈਠੀ ਹੈ, ਇਹ ਸਵਾਦ ਤੇਰੇ ਯਾਦ ਨੇ, ਜਿਤਨੀ ਦੇਰ ਤੱਕ ਤੈਨੂੰ ਪਰਮੇਸ਼ੁਰ ਦੇ ਨਾਮ ਦਾ ਰਸ ਨਹੀਂ ਆਇਆ। ਜਦ ਤੈਨੂੰ ਪਰਮੇਸ਼ੁਰ ਦੇ ਨਾਮ ਦਾ ਰਸ ਆ ਗਿਆ, ਫਿਰ ਤੂੰ ਇਹ ਸਾਰਿਆਂ ਨੂੰ ਭੁੱਲ ਜਾਏਗੀ, ਉਹਦਾ ਰਸ ਹੀ ਐਸਾ ਹੈ।